ਅਸਲਾਮ ਵਾਲੇਕੁਮ ਸਜਣੋ ਅਤੇ ਮਿੱਤਰੋ, ਵੈਲਕਮ ਬੈਕ ਟੂ ਅਨਦਰ ਵੀਡੀਓ। ਜੀ ਹਾਂਜੀ, ਅੱਜ ਅਸੀਂ ਤੁਹਾਨੂੰ ਲੈ ਆਏ ਹਾਂ ਫਰੰਟੀਅਰ ਪਿਸ਼ਾਵਰ ਟਾਇਰ। ਜੀ ਹਾਂਜੀ, ਇਹ ਲੰਗਰਖਾਨੇ ਦੇ ਬਿਲਕੁਲ ਸਾਹਮਣੇ ਆ। ਤੁਸੀਂ ਹੁਣ ਪੁੱਛੋਗੇ ਇਹ ਲੰਗਰਖਾਨਾ ਕਿੱਥੇ ਆ? ਲੰਗਰਖਾਨਾ ਜਿੱਥੇ ਬੱਸ ਸਟੈਂਡ ਆ, ਮਤਲਬ ਬੱਸ ਸਟੇਸ਼ਨ ਵੀ ਕਹਿ ਸਕਦੇ ਹਾਂ, ਬੱਸ ਸਟੈਂਡ ਵੀ ਕਹਿ ਸਕਦੇ ਹਾਂ, ਉਹਦੇ ਨਾਲ ਹੀ ਆ। ਉਹਦੇ ਮਤਲਬ ਕਿ ਜਿੱਥੇ ਬੱਸਾਂ ਖੜ੍ਹੀਆਂ ਹੁੰਦੀਆਂ ਉੱਥੇ ਹੀ ਆ ਲੰਗਰਖਾਨਾ। ਉਹਦੇ ਬਿਲਕੁਲ ਸਾਹਮਣੇ ਤੁਹਾਨੂੰ ਫਰੰਟੀਅਰ ਪਿਸ਼ਾਵਰ ਟਾਇਰ ਮਿਲਣਗੇ ਦੀ ਦੁਕਾਨ ਮਿਲੇਗੀ, ਜਿੱਥੇ ਤੁਹਾਨੂੰ ਯੂਜ਼ 'ਚ ਨਿਊ ਹਰ ਕੁਆਲਿਟੀ ਦੇ ਚਾਈਨਾ ਦੇ ਬ੍ਰਾਂਡ ਦੇ ਹਰ ਕਿਸਮ ਦੇ ਟਾਇਰ ਮਿਲਣਗੇ। ਟਾਇਰ ਫਿਕਸਿੰਗ ਆ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ, ਇੱਕ ਮਿੰਟ ਵੀ ਨਹੀਂ ਲੱਗਾ ਇੱਕ ਟਾਇਰ ਰਿਮ ਦੇ ਵਿੱਚ ਉਹਨਾਂ ਨੇ ਫਿੱਟ ਕਰ ਲਿਆ। ਤਕਰੀਬਨ 5 ਤੋਂ 10 ਮਿੰਟਾਂ 'ਚ ਤੁਹਾਡੀ ਗੱਡੀ ਦੇ ਟਾਇਰ ਬਦਲ ਕੇ ਤੁਹਾਡੇ ਗੱਡੀ ਤੁਹਾਡੇ ਹਵਾਲੇ ਕਰ ਦੇਣਗੇ। ਅਤੇ ਇਹਨਾਂ ਦੇ ਕੋਲ ਹਰ ਕਿਸਮ ਦੇ ਰਿਮ, ਜੈਨੂਇਨ ਰਿਮ, ਮਤਲਬ ਜੈਨੂਇਨ ਜਿਹੜੇ ਗੱਡੀ ਦੇ ਟਾਇਰਾਂ ਦੇ ਰਿਮ ਹੁੰਦੇ ਆ ਉਹ ਵੀ ਤੁਹਾਨੂੰ ਮਿਲਣਗੇ। ਅਤੇ ਹਰ ਡਿਜ਼ਾਈਨ ਦੇ ਰਿਮ ਤੁਹਾਨੂੰ ਇੱਥੋਂ ਮਿਲਣਗੇ, ਹਰ ਰੇਟ ਦੇ ਮਿਲਣਗੇ। ਜਿਹੜਾ ਰੇਟ ਤੁਸੀਂ ਕਹੋਗੇ ਉਸ ਰੇਟ ਦੇ ਤੁਹਾਨੂੰ ਇੱਥੋਂ ਰਿਮ ਮਿਲਣਗੇ। ਅਤੇ ਫਿਕਸਿੰਗ ਦੇ ਫਿਰ ਫਿਕਸਿੰਗ ਬਹੁਤ ਹੀ ਮਤਲਬ ਕਿ ਅੱਛੀ ਫਿਕਸਿੰਗ ਤਸੱਲੀ ਦੇ ਨਾਲ ਹਰ ਹਰ ਚੀਜ਼ ਨੂੰ ਦੇਖ ਕੇ ਉਹ ਫਿਕਸ ਕਰਦੇ ਆ ਕਿ ਕਿਹੜੀ ਚੀਜ਼ ਕਿੱਦਾਂ, ਟਾਇਰ ਨੂੰ ਪੋਲਿਸ਼ ਕਰਨਾ, ਉਹਨੂੰ ਸਾਫ਼ ਕਰਨਾ, ਰਿਮ ਸਾਫ਼ ਕਰਨੇ, ਹਵਾ ਸ਼ਵਾ ਹਰ ਚੀਜ਼ ਚੈੱਕ ਕਰਕੇ ਤੁਹਾਨੂੰ ਸਿਰਫ਼ ਔਰ ਸਿਰਫ 10-15 ਮਿੰਟਾਂ ਦੇ ਵਿੱਚ ਤੁਹਾਡੀ ਗੱਡੀ ਤੁਹਾਡੇ ਹਵਾਲੇ ਕਰ ਦੇਣੀ ਹੈ ਚਾਰੋਂ ਟਾਇਰ ਬਦਲ ਕੇ। ਯਾਰ ਇਹ ਬਿਹਤਰੀਨ ਦੁਕਾਨ ਆ, ਅਤੇ ਇਹਨਾਂ ਦੇ ਰੇਟਾਂ ਦੀ ਗੱਲ ਕਰੀਏ ਤਾਂ ਰੇਟ ਵੀ ਸਭ ਤੋਂ ਮੁਨਾਸਿਬ। ਇਹਨਾਂ ਦੇ ਕੋਲ ਜਦੋਂ ਵੀ ਆਓ ਉਦੋਂ ਹੀ ਇਹਨਾਂ ਦੇ ਕੋਲ ਰਸ਼ ਲੱਗਾ ਹੁੰਦਾ ਵਾ। ਇੱਕ ਇਹਨਾਂ ਦੇ ਇਖਲਾਕ ਕਿ ਇਹਨਾਂ ਦੇ ਇਖਲਾਕ ਬਹੁਤ ਅੱਛਾ ਵਾ, ਉਸ ਤੋਂ ਬਾਅਦ ਇਹਨਾਂ ਦਾ ਕੰਮ, ਉਸ ਤੋਂ ਬਾਅਦ ਇਹਨਾਂ ਦੀ ਕੁਆਲਿਟੀ। ਆਹ ਦੇਖ ਲਓ, ਆਹ ਹੁਣ ਹੋਂਡਾ ਦੇ ਓਰੀਜਨਲ ਟਾਇਰ ਰਿਮ ਆ, ਓਰੀਜਨਲ ਰਿਮ, ਬਹੁਤ ਹੀ ਖੂਬਸੂਰਤ ਡਿਜ਼ਾਇਨ ਦੇ, ਬਹੁਤ ਹੀ ਆਲਾ ਆਲਾ ਯਾਰ। ਜਿੱਦਾਂ ਦਾ ਤੁਸੀਂ ਕਲਰ ਪਾਓਗੇ, ਮਤਲਬ ਤੁਸੀਂ ਅਗਰ ਓਰੀਜਨਲ ਨਹੀਂ ਲੈਣਾ ਚਾਹੁੰਦੇ, ਸਟਾਈਲਿਸ਼ ਲੈਣਾ ਚਾਹੁੰਦੇ ਹੋ, ਤੁਹਾਨੂੰ ਉਹ ਵੀ ਮਿਲਣਗੇ। ਹਰ ਕੰਪਨੀ ਦੇ ਰਿਮ ਇੱਥੋਂ ਮਿਲਣਗੇ, ਹਰ ਰੇਟ ਦੇ ਮਿਲਣਗੇ, ਹਰ ਕਿਸਮ ਦਾ ਟਾਇਰ ਮਿਲੇਗਾ, ਚਾਈਨਾ ਟਾਇਰ। ਜਿੱਦ ਮਤਲਬ ਕਿ ਹੁਣ ਮੈਨੂੰ ਇੰਨਾ ਪਤਾ ਤਾਂ ਨਹੀਂ ਗਾ ਟਾਇਰਾਂ ਦੇ ਬਾਰੇ 'ਚ, ਜੇ ਜਿੱਦਾਂ ਦਾ ਵੀ ਟਾਇਰ ਕਰਵਾਓਗੇ ਨਾ ਤੁਸੀਂ ਉਸ ਕੰਪਨੀ ਦਾ ਟਾਇਰ ਤੁਹਾਨੂੰ ਸੈਕਿੰਡ ਹੈਂਡ ਵੀ ਮਿਲੇਗਾ, ਫਸਟ ਹੈਂਡ ਮਤਲਬ ਕਿ ਨਿਊ ਟਾਇਰ ਵੀ ਮਿਲਣਗੇ। ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਦੇ ਓਨਰ ਦੇ ਨਾਲ ਕਿ ਉਹਨਾਂ ਦੀ ਕਾਮਯਾਬੀ ਦਾ ਰਾਜ਼, ਉਹਨਾਂ ਦਾ ਇਖਲਾਕ ਅਤੇ ਹਰ ਚੀਜ਼ ਉਹਨਾਂ ਦੇ ਕੋਲੋਂ ਪੁੱਛਦੇ ਹਾਂ। ਅਸਲਾਮੁ ਅਲੈਕਮ ਸੱਜਣੋ ਅਤੇ ਮਿੱਤਰੋ, ਕੀ ਹਾਲ ਚਾਲ ਹੈ? ਠੀਕ ਹੋ? ਅਸੀਂ ਨਿਆਜ਼ੀ ਅੱਡੇ ਦੇ ਨਾਲ ਅੱਜ ਆ ਗਏ ਫਰੰਟੀਅਰ ਪਿਸ਼ਾਵਰ ਟਾਇਰ ਯਾਸੀਨ ਖਾਨ। ਇਹ ਬੜਾ ਮਿਹਨਤੀ ਬੱਚਾ ਆ, ਇਹ ਛੋਟਾ ਜਿਹਾ ਹੁੰਦਾ ਸੀ ਜਦੋਂ ਦਾ ਮੈਂ ਇਹਨੂੰ ਜਾਣਦਾ। ਮੈਂ ਤੁਹਾਨੂੰ ਪਤਾ ਵੀ ਕਦੀ ਝੂਠ ਨਹੀਂ ਬੋਲਿਆ, ਨਾ ਮੈਂ ਬੋਲਣਾ ਚਾਹੁੰਦਾ ਹਾਂ, ਠੀਕ ਆ। ਅਤੇ ਮੈਨੂੰ ਪਤਾ ਲੱਗਾ ਸੀ ਵੀ ਟਾਇਰ ਵੀ ਬੜੇ ਸਸਤੇ ਹੋ ਗਏ ਆ, ਲਾਇਰਮ ਬੜੇ ਸਸਤੇ ਹੋ ਗਏ ਆ। ਮੈਂ ਅੱਜ ਮੌਕਾ, ਮੌਸਮ ਬੜਾ ਪਿਆਰਾ ਸੀ ਅਤੇ ਮੈਂ ਅੱਜ ਯਾਸੀਨ ਭਾਈ ਦੇ ਕੋਲ ਆਇਆ ਵੀ ਮੈਂ ਪੁੱਛਾਂ ਕਿਹੜੀ ਕਿਹੜੀ ਕੰਪਨੀ ਦੇ ਤੁਹਾਡੇ ਕੋਲ ਟਾਇਰ ਹੁੰਦੇ ਆ, ਅਲਾਰਮ ਵਾਕਈ ਸਸਤੇ ਹੋਏ ਆ, ਕੋਈ ਟਾਇਰ ਸਸਤੇ ਹੋਏ ਆ ਜਾਂ ਕੀ ਸੂਰਤ ਹਾਲ ਆ? ਇੱਕ ਦੂਸਰਾ ਇਹ ਆ ਵੀ ਇਹਨਾਂ ਕੋਲ ਕਿਹੜੇ ਕਿਹੜੇ ਬ੍ਰਾਂਡ ਦੇ ਟਾਇਰ ਹੁੰਦੇ ਆ, ਅਲਾਰਮ ਕਿਹੜੇ ਕਿਹੜੇ ਬ੍ਰਾਂਡ ਦੇ ਹੁੰਦੇ ਆ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਤੇ ਤੁਹਾਨੂੰ ਵੀ ਸੁਣਾਉਂਦੇ। ਅਸਲਾਮ ਅਲੈਕਮ ਯਾਸੀ ਭਾਈ, ਕੀ ਹਾਲ ਹੈ? ਠੀਕ ਹੋ? ਖੁਸ਼ ਹੋ ਕਿ ਸਵਾਲ ਹੈ ਕਿ ਟਾਇਰ ਸਸਤੇ ਨਹੀਂ ਹੋਏ? ਨਹੀਂ, ਕੋ ਥੋੜੇ ਬਹੁਤੇ ਜਪਾਨੀ ਟਾਇਰ ਵੀ ਹੋਤੇ ਹੈ, ਚਾਈਨਾ ਵਾਲੇ ਟਾਇਰ ਜ਼ਿਆਦਾਤਰ ਚਾਈਨਾ ਕੇ ਟਾਇਰੋ ਕੀ ਸੇਲ ਹੈ, ਚਾਈਨਾ ਕਾ ਟਾਇਰ ਜਪਾਨੀ ਕੇ ਬਰਾਬਰ ਸਹੀ ਚਲ ਜਾਤਾ ਹੈ, ਬਰਾਬਰ ਚਲ ਜਾਤਾ ਹੈ। ਚਾਈਨਾ ਜੋ ਹੈ ਨਾ ਕੁਆਲਿਟੀ ਕਾਫੀ ਇੰਪਰੂਵ ਕਰ ਚੁੱਕਾ ਹੈ,
और जापानी टायर भी वैसे हमारे पास अवेल है, डनलप है, योकोहामा है, ब्रिजस्टोन है, ठीक है। और चाइना का टायर है माशाल्लाह, चाइना की सेल ज्यादा। चाइना की कितनी वैरायटी है? चाइना की माशाल्लाह काफी वैरायटी है। चाइना को दो चार मेन जो वैरायटी है, चाइना के रोवेलो का टायर आजकल सबसे टॉप पे जा रहा है ना, ब्रांड लेवल का टायर है, योकोहामा के बराबर अच्छा चल जाता है, नरम टायर है, सही है। और बाकी चाइना का टॉर्क है, सेफ्टी है, रोड विंग है, ए प्लस है, ये अच्छी क्वालिटी है चाइना की। अच्छा, जापानी जो टायर है ਇਹਦੇ ਵਿੱਚ ਕਿਹੜੇ ਟਾਇਰ ਦੀ ਜ਼ਿਆਦਾ ਸੇਲ ਆ? ਯੋਕੋਹਾਮਾ ਕੀ, ਯੋਕੋਹਾਮਾ ਕੀ। ਵੈਸੇ ਜਾਪਾਨੀ ਮੇ ਡਨਲਪ ਵੀ ਆਤਾ ਹੈ, ਇੰਡੋਨੇਸ਼ੀਆ ਕਾ ਡਨਲਪ ਆਤਾ ਹੈ, ਬ੍ਰਿਜਸਟੋਨ ਆਤਾ ਹੈ, ਕੋਂਟੀਨੈਂਟਲ ਆਤਾ ਹੈ, ਲੇਕਿਨ ਯੋਕੋਹਾਮਾ ਕੀ ਜ਼ਿਆਦਾ ਅੱਛੀ ਸੇਲ ਹੈ, ਕੰਫਰਟ ਹੈ ਨਾ, ਯੋਕੋਹਾਮਾ ਨਰਮ ਟਾਇਰ ਹੈ। ਯਾਸਿਰ ਭਾਈ, ਜਿਹੜੀ ਯੋਕੋਹਾਮਾ ਆ ਇਹ ਟਾਇਰ ਕਿੰਨੇ ਦਾ ਆ? ਯੋਕੋਹਾਮਾ ਜਿਹੜਾ ਆਮ ਰੂਟੀਨ GLI ਦਾ ਇੰਪੋਰਟਿਡ ਟਾਇਰ ਹੈ ਨਾ, ਹਾਂਜੀ, ਜਿਹੜਾ ਫਰੈਸ਼ ਇੰਪੋਰਟਿਡ ਟਾਇਰ ਹੈ, ਉਹ ਹੈ ਤਕਰੀਬਨ 24,500 ਦਾ, ਠੀਕ ਆ। ਤੇ ਚਾਈਨਾ ਦਾ ਇੱਕ ਆਉਂਦਾ ਰੂਟੀਨ ਵਾਲਾ ਟਾਇਰ, ਮਤਲਬ ਨਾਰਮਲ ਟਾਇਰ, ਨਾਰਮਲ ਇਸਤੇਮਾਲ ਵਾਸਤੇ, ਉਹਦਾ ਰੇਟ ਹੈ ਤਕਰੀਬਨ 15,000-15,500 ਦਾ, 15,500-15,000। ਤੇ ਜਿਹੜਾ ਚਾਈਨਾ ਦਾ ਟਾਪ ਬ੍ਰਾਂਡ ਟਾਇਰ ਹੈ ਰੋਵੈਲੋ, ਜਿਵੇਂ ਯੋਕੋਹਾਮਾ ਦੇ ਮਤਲਬ ਮੁਕਾਬਲੇ ਉਹਨੂੰ ਪਾਓ ਤੇ ਸਹੀ ਚੱਲਦਾ, ਸਹੀ ਹੈ, ਉਹ 16,500-17,000 ਰੁਪਏ, 16,500-17,000 ਦਾ। ਸਾਡੇ ਜਿਹੜਾ ਅਲਾਇਰਮਾ ਸਭ ਤੋਂ ਅੱਛਾ ਕਿਹੜਾ ਹੈ? ਅਲਾਇਰਮਾ ਅੱਛਾ, ਮਤਲਬ ਅੱਜਕੱਲ ਜਿਹੜਾ ਜੈਗਵਰ ਨਾ, ਉਹ ਦੇਖੋ ਤੀਜੇ ਨੰਬਰ ਤੇ ਗਰੰਟੀ ਵਾਲਾ ਨਵਾਂ ਮਾਡਲ ਆਇਆ, ਸਹੀ ਹੈ, ਉਹ ਨਵੇਂ ਮਾਡਲ ਦਾ, ਹਾਂ ਜੀ, ਬਲੈਕ ਜਿਹੜਾ। ਇਹਦੇ ਤੇ ਅਗਰ ਤੁਸੀਂ ਫਸਟ ਲਓ ਨਾ, ਉਹਦੀ ਤਾਂ ਕਾਪੀ ਹੈ ਨਾ, ਜੈਨਵਰ ਤੱਕ ਗੜੀ ਨਾਲ ਲੱਗ ਕੇ ਆਂਦਾ, ਜਿਹੜਾ ਫਸਟ ਲੋ ਨਾ, ਫਸਟ ਕਾਪੀ ਜਿਹਨੂੰ ਆਪਾਂ ਕਹਿੰਦੇ, ਉਹ 80,000 ਰੁਪਏ ਦੀ ਹੈ। 80,000 ਰੁਪਏ, 80,000। ਕੋਈ ਮੇਰਾ ਦੋਸਤ ਇਸ ਰੈਫਰੈਂਸ ਨਾਲ ਆਉਂਦਾ, ਉਹਨੂੰ 80 ਜੋ ਰਾਇਤ ਹੋਏਗੀ, ਆ ਕਰ ਦਾਂਗੇ ਜਿਵੇਂ ਤੁਸੀਂ ਕਹੋਗੇ, ਤੇ ਰਾਇਤ ਹੋਏਗੀ। ਫਿਕਰ ਸਾਡੇ ਬਹਾਵਲਪੁਰ ਦੀ ਮਾਸ਼ਾਅੱਲਾ ਬਹੁਤ ਮਸ਼ਹੂਰ ਤਰੀਨ ਸ਼ਖਸੀਅਤ ਤੁਹਾਡੇ ਨਾਲ ਵੀ ਬੈਠੀ ਆ, ਹੋਰ ਵੀ, ਠੀਕ ਆ, ਮਾਮੂ ਜੀ ਸਾਰੇ ਪਿਆਰ ਨਾਲ ਕਹਿੰਦੇ ਆ। ਮਾਮੂ ਜੀ ਕਿੰਨੇ ਸਾਲਾਂ ਤੋਂ ਤੁਹਾਡੇ ਕੋਲ ਆ ਰਹੇ? ਮਾਸ਼ਾਅੱਲਾ ਮੈਨੂੰ ਇਸ ਕੰਮ ਵਿੱਚ 14 ਸਾਲ ਹੋ ਗਏ, ਤੇ ਮਾਸ਼ਾਅੱਲਾ 10-12 ਸਾਲ ਤੋਂ ਹੀ ਆ ਰਹੇ ਨੇ ਅਲਹਮਦੁਲਿਲਾ। 10-12 ਸਾਲ ਕਾਫੀ ਟਾਇਰ ਆਪੇ ਸ਼ੁਰੂ ਤੋਂ ਮੇਰੇ ਕੋਲ ਹੀ ਆਂਦੇ, ਤੇ 14 ਸਾਲ ਨੇ ਤੇ 17-18 ਸਾਲ ਹੋ ਗਏ, 14-15 ਸਾਲ ਹੋ ਗਏ, 15 ਸਾਲ ਹੋ ਗਏ। ਤੁਸੀਂ ਵੀ ਤਾਂ ਆਂਦੇ ਹੋ ਮਾਸ਼ਾਅੱਲਾ। ਅੱਛਾ, ਜਦੋਂ ਮੈਨੂੰ ਤੂੰ ਮਿਲਿਆ ਸੀ ਕਿੰਨੇ ਸਾਲ ਦਾ ਸੀ ਉਦੋਂ? ਉਦੋਂ ਤਕਰੀਬਨ ਮਾਸ਼ਾਅੱਲਾ 15 ਸਾਲ ਦਾ ਸੀ, ਪੁਰਾਣਾ ਟਾਇਰ ਦਾ 15-14-15 ਸਾਲ ਦਾ। ਉਦੋਂ ਤੂੰ 12 ਸਾਲਾਂ ਦਾ, ਤਕਰੀਬਨ 12 ਸਾਲ ਤੇਰੀ ਉਮਰ ਸੀ ਜਦੋਂ ਮੈਨੂੰ ਜੁਮੇ ਵਾਲੇ ਦਿਨ ਮਿਲਿਆ ਸੀ ਜੀ। ਦੋਸਤੋ, ਮੈਨੂੰ ਜੁਮੇ ਵਾਲੇ ਦਿਨ ਮੈਂ ਤੇਲ ਵਾਲੇ ਤੋਂ ਬਹਾਵਲਪੁਰ ਆਇਆ ਤੇ ਮੇਰਾ ਟਾਇਰ ਫਟ ਗਿਆ, ਦੁਕਾਨਾਂ ਸਾਰੀਆਂ ਬੰਦ ਸੀਗੀਆਂ, ਮੈਂ ਤਕਰੀਬਨ ਲਾਰੀ ਅੱਡੇ ਦੇ ਕੋਲ ਹੀ ਸੀ। ਮੈਂ ਇੱਕ ਦੋ ਦੋਸਤਾਂ ਨੂੰ ਪੁੱਛਿਆ ਕਿ ਯਾਰ ਮੇਰਾ ਟਾਇਰ ਫਟ ਗਿਆ, ਮੈਂ ਗੱਡੀ ਦਾ ਟਾਇਰ ਪਵਾਉਣਾ ਚਾਹੁੰਦਾ ਹਾਂ, ਤੇ ਦੁਕਾਨਾਂ ਸਾਰੀਆਂ ਬੰਦ ਆ। ਉਹਨਾਂ ਨੇ ਕਿਹਾ ਕੋਚਾਂ ਵਾਲਾ ਸਟੈਂਡ ਆ ਇਹਦੇ ਨਾਲ ਹੀ ਆ, ਤੇ ਤੁਹਾਨੂੰ ਉੱਥੋਂ ਟਾਇਰ ਮਿਲ ਜਾਏਗਾ। ਮੈਂ ਗਿਆ, ਜਦੋਂ ਆਇਆ, ਇਹ ਛੋਟਾ ਜਿਹਾ ਬੱਚਾ ਸੀ 12 ਸਾਲ ਦਾ, ਕਿੱਡਾ ਖੋਲਦਾ ਆ, 13 ਦਾ ਹੋਏਗਾ, ਠੀਕ ਆ। ਇਹ ਜਦੋਂ ਮੇਰੇ ਕੋਲ ਆਇਆ ਮੈਂ ਹੈਰਾਨ ਰਹਿ ਗਿਆ ਵੀ ਇਹ ਬੱਚਾ ਮੈਨੂੰ ਕੀ ਟਾਇਰ ਦੇਗਾ। ਇਸ ਬੱਚੇ ਨੇ ਮੈਨੂੰ ਐਸਾ ਮੁਤਮਿਨ ਕੀਤਾ, ਮੈਨੂੰ ਟਾਇਰ ਵੀ ਦਿੱਤਾ, ਤੇ ਅੱਜ ਮਾਸ਼ਾਅੱਲਾ ਕਿੰਨੇ ਸਾਲ ਉਮਰ ਹੋ ਗਈ? ਸ਼ੁਕਰ ਹੈ ਮਾਸ਼ਾਅੱਲਾ, ਮੇਰੀ ਉਮਰ ਤਕਰੀਬਨ 31 ਸਾਲ ਹੈ, 31 ਸਾਲ ਆ, ਉਦੋਂ 13 ਸਾਲਾਂ ਦਾ ਸੀਗਾ। ਉਹ ਦਿਨ ਜਾਏ, ਅੱਜ ਦਾ ਦਿਨ ਆਏ, ਮੇਰਾ ਇਹ ਛੋਟਾ ਭਰਾ ਵੀ ਆ, ਮੇਰਾ ਇਹਦੇ ਨਾਲ ਉਦੋਂ ਦਾ ਹੀ ਤਲਕ ਆ। ਬਾਕੀ ਜਿਹੜਾ ਕੋਈ ਦੋਸਤ ਹੁੰਦਾ ਮੈਂ ਰੈਫਰ ਕਰਦਾ ਦਾਵੇ ਦੇ ਨਾਲ ਵੀ ਜਾਓ, ਜਾ ਕੇ ਟਾਇਰ ਪਵਾ ਲਓ, ਅੱਲਾ ਦਾ ਸ਼ੁਕਰ ਹੈ, ਅਲਾਰਮ ਪਵਾ ਲਓ। ਤੁਹਾਨੂੰ ਅਗਰ 5,000-7,000 ਰਾਇਤ ਨਾ ਹੋਵੇ ਤੇ ਮੈਂ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਦੇਵਾਂਗਾ। ਇਹਨੇ ਮੈਨੂੰ ਕਦੀ ਸ਼ਿਕਾਇਤ ਦਾ ਮੌਕਾ ਨਹੀਂ, ਇਨਸ਼ਾਅੱਲਾ ਰਾਇਤ ਹੋਏਗੀ ਅਨਵਰ ਭਾਈ, ਬੇਫਿਕਰ ਹੋ ਜਾਓ। ਅੱਛਾ, ਹਿੰਮਤ ਹੋਏਗੀ। ਯਾਸਿਨ ਭਾਈ, ਤੁਹਾਡੀ ਇਹ ਕਾਮਯਾਬੀ ਜਿਹੜੀ ਆ ਇਹਦਾ ਰਾਜ਼ ਕੀ ਆ? ਨਹੀਂ, ਅੱਲਾ ਸ਼ੁਕਰ ਹੈ, ਕੰਮ ਤੇ ਕੋਸ਼ਿਸ਼ ਕਰਦੇ, ਕੰਮ ਅਲਹਮਦੁਲਿਲਾ ਕਸਟਮਰ ਨੂੰ ਰਾਜ਼ੀ ਰੱਖਦੇ, ਬਾਕੀ ਦੁਆਵਾਂ ਨੇ ਅਲਹਮਦੁਲਿਲਾ ਮਾਵਾਂ ਦੀਆਂ, ਤੁਹਾਡੇ ਦੋਸਤਾਂ ਦੀਆਂ ਦੁਆਵਾਂ ਨੇ ਮਾਸ਼ਾਅੱਲਾ ਭਾਈ, ਕੰਮ ਤੇ ਕੋਸ਼ਿਸ਼ ਕਰਦੇ, ਕਸਟਮਰ ਨੂੰ ਰਾਜ਼ੀ ਰੱਖਦੇ, ਰੇਟ ਵੀ ਤੇ ਕੁਆਲਿਟੀ ਲਿਆ। ਜਦੋਂ ਮੈਂ ਕਦੀ ਵੀ ਗੁਜ਼ਰਿਆ ਆ, ਜਿੱਦਾਂ ਹੁਣ ਤੁਹਾਡੇ ਕੋਲ 3 ਗੱਡੀਆਂ ਇਸ ਟਾਈਮ ਖੜੀਆਂ ਆ ਟਾਇਰਾਂ ਵਾਸਤੇ, ਨਵੀਂ 0 ਮੀਟਰ ਇਹਨਾਂ ਨੇ ਭਾਈ ਉਹਨਾਂ ਨੇ ਲਈ ਆ, ਇਹ ਵੀ ਜਾਪਾਨੀ ਪਵਾ ਰਹੇ ਹੋਣਗੇ। ਹਾਂ ਜਾਪਾਨੀ ਪਵਾ ਰਹੇ, ਜੈਨੂਇਨ ਟਾਇਰ ਲਾ ਕੇ।
ਲੋਕ ਆਉਂਦੇ ਨੇ, ਅਕਸਰ ਮੈਂ ਦੇਖਦਾ ਪਰਾਡੋ ਖੜੀਆਂ ਹੁੰਦੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਤੁਹਾਡੇ ਕੋਲ ਹੁੰਦੇ ਆ, ਇਹਦੀ ਤੁਹਾਡਾ ਰੇਟ ਮੁਨਾਸਿਬ ਹੋਣ ਦੀ ਕਾਮਯਾਬੀ ਆ ਜਾਂ ਰੇਟ ਵੀ ਹੈ? ਰੇਟ ਵੀ ਮੁਨਾਸਿਬ ਮਾਸ਼ਾਅੱਲਾ, ਫਿਰ ਨਾਲੇ ਗਾਹਕ ਨਾਲ ਫੁੱਲ ਕੰਪਰੋਮਾਈਜ਼ ਕਰਦੇ ਆ, ਗਾਹਕ ਨੂੰ ਨਾਰਾਜ਼ ਗਾਹਕ ਇਖਲਾਕ ਨਾਲ ਨੂੰ ਦੱਸ ਸਕਦੇ, ਬਾਕੀ ਦੁਆਵਾਂ ਨੇ ਮਾਸ਼ਾਅੱਲਾ ਤੁਹਾਡੀ ਦੋਸਤੀ ਦੀ ਵਜ੍ਹਾ ਤੋਂ ਦੁਆਵਾਂ ਨੇ, ਤਾਲੁਕ ਹੈ, ਇਖਲਾਕ ਹੈ, ਮਾਸ਼ਾਅੱਲਾ। ਅਸਲਾਮ ਅਲੈਕਮ ਮਾਮ ਜੀ, ਕੀ ਹਾਲ ਹੈ? ਠੀਕ ਹੋ? ਤੁਸੀਂ ਵੀ ਕੁਦਰਤੀ ਮਿਲ ਗਏ ਹੋ, ਇਹ ਵੀ ਮੇਰੇ ਦੋਸਤ ਨੇ ਕੁਦਰਤੀ, ਅੱਜ ਇਹਨਾਂ ਮੈਨੂੰ ਮਿਲੇ ਨੇ ਤੇ ਹਾਸਲਪੁਰ ਰੋਡ ਦੇ ਉੱਤੇ ਇਹਨਾਂ ਦਾ ਸ਼ੋਰੂਮ ਆ। ਕੀ ਨਾਮ ਜੀ ਆਪਣੇ ਸ਼ੋਰੂਮ ਦਾ? ਮਾਸ਼ਾਅੱਲਾ। ਆਪਣਾ ਨਾਮ ਵੀ ਦੱਸਣਾ? ਚੌਧਰੀ ਮੁਹੰਮਦ ਰਫੀਕ ਵਿਰਕ। ਚੌਧਰੀ ਮੁਹੰਮਦ ਰਫੀਕ, ਪਿਆਰ ਨਾਲ ਮਾਮੂ ਕਹਿੰਦੇ ਆ, ਠੀਕ ਆ। ਤੇ ਸੁਣਾਓ ਕਿ ਗੱਡੀਆਂ ਦੇ ਆ ਜਿਹੜੇ ਰੇਟ ਘੱਟੇ ਵਧੇ ਆ ਜਾਂ ਕੀ ਅੱਜ ਕੱਲ ਹਾਲਾਤ ਨੇ? ਰੇਟ ਕੋਈ ਘੱਟੇ ਵਧੇ ਸਗੋਂ ਵਧੇ ਹੀ ਨੇ, ਘੱਟੇ ਤੇ ਹੈ ਹੀ ਨੀ ਗੇ। ਠੀਕ ਆ ਜੀ। ਤੇ ਬਾਕੀ ਇਸ ਵਜ੍ਹਾ ਤੋਂ ਰੀਸੇਲ ਤੇ ਪੁਰਾਣੀ ਗੱਡੀਆਂ ਦੇ ਉੱਤੇ ਕਾਫੀ ਫਰਕ ਹੈ, ਕਿਉਂਕਿ ਅੱਗੇ ਲੋਕ ਗੱਡੀ ਸੇਲ ਕਰਦੇ ਸੀ ਤੇ 4-5 ਲੱਖ ਪਾਇਆ ਤੇ ਨਵੀਂ ਗੱਡੀ ਲੈ ਲੈਂਦੇ ਸੀ, ਹੁਣ ਤਕਰੀਬਨ ਅਗਰ ਗੱਡੀ ਚੇਂਜ ਕਰਨੀ ਤੇ 20-25 ਲੱਖ ਰੁਪਇਆ ਕਰਦੇ ਆ। ਇਸ ਵਜ੍ਹਾ ਤੋਂ ਗੱਡੀਆਂ ਦੀ ਸੇਲ ਪਰਚੇਜ ਕਾਫੀ ਘੱਟ ਗਿਆ। ਅੱਛਾ, ਜਿਹੜਾ ਟੈਕਸ ਲੱਗਾ ਆ ਨਾ ਕਰਾਉਣ ਦਾ, ਇਹਦੇ ਨਾਲ ਵੀ ਕੋਈ ਕਾਰੋਬਾਰ ਦਾ ਫਰਕ? ਇਹਦੇ ਚ ਜਿਵੇਂ ਗੱਡੀ ਟ੍ਰਾਂਸਫਰ ਹੋ ਰਹੀ ਸੀਗੀ ਉਹ ਆਮ ਬੰਦੇ ਕਰਾ ਰਹੇ ਸੀ, ਹੁਣ ਟੈਕਸ ਇੰਨਾ ਜ਼ਿਆਦਾ ਹੋ ਗਿਆ, ਜਿਹੜੇ ਕਿ 100 ਬੰਦੇ ਟ੍ਰਾਂਸਫਰ ਕਰਾਉਂਦੇ ਨੇ ਹੁਣ ਮੇਰਾ 50 ਬੰਦੇ ਟ੍ਰਾਂਸਫਰ ਕਰਾਉਂਦੇ, ਕਿਉਂਕਿ ਅੱਗੇ ਗੱਡੀ ਮੈਨੇ ਵੈਗਨਾਰ ਟ੍ਰਾਂਸਫਰ ਕਰਾਈ ਤੇ ਹੋਈ ਹੈ ਆਪਣਾ 65 ਤੋਂ, ਹੁਣ ਉਹੀ ਵੈਗਨਾਰ 15 ਦਾ ਟ੍ਰਾਂਸਫਰ। ਜੀ ਦੋਸਤੋ, ਅੱਜ ਮੈਂ ਇੱਕ ਤੀਰ ਦੇ ਨਾਲ ਤਕਰੀਬਨ 3 ਸ਼ਿਕਾਰ ਮਾਰੇ ਆ, ਇੱਕ ਸ਼ਿਕਾਰ ਨਹੀਂ ਮਾਰਿਆ ਮੈਂ ਤੁਹਾਨੂੰ, ਟਾਇਰਾਂ ਦੇ ਰੇਟ ਵੀ ਲੈ ਕੇ ਦਿੱਤੇ, ਅਲਾਇਰਵਾਂ ਦੇ ਵੀ ਦਿੱਤੇ, ਮਾਸ਼ਾਅੱਲਾ ਬਹੁਤ ਅੱਛਾ ਕਾਰੋਬਾਰ ਕਰਨ ਵਾਲਾ, ਸ਼ੋਰੂਮ ਦੇ ਬਾਰੇ ਚ ਵੀ ਸਾਨੂੰ ਮਾਲੂਮਾਤ ਮਿਲੀ, ਇੱਥੇ ਦੋਸਤ ਬੈਠੇ ਸੀ ਬੈਠੇ ਆ, ਉਹਨਾਂ ਗਾਹਕ ਉਹਨਾਂ ਦੇ ਕਸਟਮਰ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਅੱਛਾ ਮਾਮੂ, ਇਹ ਜਿਹੜੀ ਆ ਪਹਿਲੇ ਬਾਇਓਮੈਟ੍ਰਿਕ ਦਾ ਤੁਹਾਨੂੰ ਮਸਲਾ ਬਣਿਆ ਜੀ, ਤੇ ਉਸ ਤੋਂ ਬਾਅਦ ਹੁਣ ਆ ਜਿਹੜਾ ਟ੍ਰਾਂਸਫਰ ਫੀਸਾਂ ਵਧੀਆ, ਇਹਦੇ ਨਾਲ ਵੀ ਕੋਈ ਸੇਲ ਤੇ ਤੁਸੀਂ ਫਰਕ ਮਹਿਸੂਸ ਕਰਦੇ ਹੋ? ਇਹਦੇ ਵਿੱਚ ਸੇਲ ਤੇ ਨਹੀਂ, ਇਹਦੇ ਵਿੱਚ ਟ੍ਰਾਂਸਫਰ ਵਾਲੇ ਨੇ ਆਕਸਾਈਜ਼ ਨੂੰ ਵਾਸਤੇ ਕੰਮ ਘਟਿਆ, ਬਾਕੀ ਤੇ ਸੇਲ ਤੇ ਕੋਈ ਪ੍ਰੋਬਲਮ ਨਹੀਂ ਇਹਦੇ ਨਾਲ। ਸੇਲ ਤੇ ਪ੍ਰੋਬਲਮ ਅੱਗੇ ਆ ਰਹੀ ਸੀ ਬਾਇਓਮੈਟ੍ਰਿਕ, ਕਾਫੀ ਗੱਡੀਆਂ ਜਿਹੜੀਆਂ ਕਿਸੇ ਦੇ ਨਾਂ ਤੇ ਨਹੀਂ ਸੀ, ਲੇਕਿਨ ਉਹ ਆਸਤਾ ਆਸਤਾ ਹੁਣ ਉਹ ਕਵਰ ਹੋ ਰਿਹਾ ਹੈ ਕਿ ਬਾਇਓਮੈਟ੍ਰਿਕ ਵਾਲਾ ਮਾਮਲਾ, ਯਾਨੀ ਉਹਦੇ ਦੀ ਚੰਦ ਦਿਨ ਦੀ ਮੁਸ਼ਕਲਾਂ ਸੀ ਉਹ ਹੱਲ ਹੋ ਗਈ। ਤੇ ਇਹ ਜਿਹੜੀ ਫੀਸ ਕਿੰਨੀ ਵਧੀ, ਫਰਜ਼ ਕਰੋ ਕਿ ਵੈਗਨਾਰ ਸੀਗੀ ਮੇਰੇ ਕੋਲੋਂ 18 ਮਾਡਲੋਂ ਪਹਿਲਾਂ ਟ੍ਰਾਂਸਫਰ ਕਰਾਈ ਤੇ 6500 ਚ ਹੋਈ, ਹੁਣ ਉਹੀ ਵੈਗਨਾਰ ਸੀ, 1 ਮਹੀਨਾ ਬਾਇਓਮੈਟ੍ਰਿਕ ਨਹੀਂ ਮਿਲੀ, ਲੇਟ ਹੋ ਗਈ ਤੇ ਦੁਬਾਰਾ ਮੈਨੂੰ ਉਹਦਾ 15000 ਦੇਣਾ ਪਿਆ। 15000 ਰੁਪਇਆ ਦੇਣਾ ਪਿਆ, ਯਾਨੀ ਕਿ ਵਧੇ ਆ, ਡਬਲ ਤੋਂ ਵੀ ਜ਼ਿਆਦਾ ਹੋ ਗਿਆ, ਡਬਲ ਤੋਂ ਵੀ ਜ਼ਿਆਦਾ ਹੋ ਗਿਆ, ਮਸੈਲ ਵਧੇ ਆ, ਸਹੀ ਆ। ਤੇ ਬਾਕੀ ਸੇਲ ਠੀਕ ਜਾ ਰਹੀ ਆ ਜਾਂ ਸੇਲ ਤੇ ਵੀ ਕੋਈ ਫਰਕ ਪਿਆ ਹੋਊਗਾ? ਸੇਲ ਬਿਲਕੁਲ, ਸੇਲ ਚ ਵੀ ਫਰਕ ਹੈ ਕਿਉਂਕਿ ਗੱਡੀਆਂ ਦੇ ਰੇਟ ਵਾਲੀ ਕੰਮ ਹੀ ਨਹੀਂ ਹੋਏ, ਗੱਡੀਆਂ ਦੇ ਰੇਟ ਜ਼ਿਆਦਾ ਨੇ ਤੇ ਸੇਲ ਪਰਚੇਸ ਵੀ ਗੱਡੀ ਦੀ ਕੰਮ ਹੋ ਰਹੀ। ਠੀਕ ਆ, ਠੀਕ ਆ ਜੀ। ਜੀ ਨਾਜ਼ਰੀਨ, ਅਸੀਂ ਤੁਹਾਨੂੰ ਟਾਇਰਾਂ ਦੇ, ਅਲਾਇਰਮਾਂ ਦੇ, ਬਹਾਵਲਪੁਰ ਦਾ ਸਭ ਤੋਂ ਜਿਹਦਾ ਮੁਨਾਸਬ ਰੇਟ ਹੁੰਦਾ, ਮੈਂ ਤੁਹਾਨੂੰ, ਮੇਰਾ ਇੱਕ ਦਾਅਵਾ ਹੁੰਦਾ ਆ ਕਿ ਅਗਰ ਮੈਂ ਗਲਤ ਬਿਆਨੀ ਮੇਰੀ ਤੁਸੀਂ ਕਿਸੇ ਬੰਨੇ ਫੜ ਸਕਦੇ ਹੋ, ਠੀਕ ਆ, ਵੀ ਮੈਂ ਗਲਤ ਬੰਦਾ ਦਿਖਾਇਆ, ਗਲਤ ਬੰਦੇ ਦੀ ਮਾਲੂਮਾਤ ਤੁਹਾਨੂੰ ਦਿੱਤੀ ਆ, ਤੁਸੀਂ ਕਮੈਂਟ ਚ ਕਰਕੇ ਮੈਨੂੰ ਮਿਲ ਕੇ ਮੈਂ ਉਸ ਚੀਜ਼ ਦਾ ਤੁਹਾਡੇ ਕੋਲ ਜਵਾਬ ਦੇ ਵੀ ਹੁੰਦਾ ਆ। ਤੇ ਬਾਕੀ ਇਹ ਆ ਕਿ ਇਨਸ਼ਾਅੱਲਾ ਦੋਸਤ ਹੋਰ ਵੀ ਬੈਠੇ ਆ, ਅਸੀਂ ਉਹਨਾਂ ਨੂੰ ਪੁੱਛਦੇ ਆ ਕਿੱਥੋਂ ਆਏ ਤੇ ਇਜਾਜ਼ਤ ਲੈਣੇ। ਠੀਕ ਆ ਜੀ, ਇਹਨਾਂ ਦੇ ਮਾਮੂ ਨੇ ਤੇ ਬਾਕੀ ਦੋਸਤ ਹੋਰ ਬੈਠੇ ਸੀ, ਉੱਠ ਕੇ ਮੇਰਾ ਖਿਆਲ ਸਾਈਡ ਤੇ ਚਲੇ ਗਏ, ਬਾਕੀ ਤੀਸਰਾ ਸ਼ਿਕਾਰ ਜਿਹੜਾ ਆ ਸਭ ਲੋ ਮੇਰੇ ਹੱਥੋਂ ਨਿਕਲ ਗਿਆ, ਦੋ ਸ਼ਿਕਾਰ ਅੱਜ ਮੈਂ ਤੁਹਾਨੂੰ ਦਿਖਾਏ ਆ ਤੇ ਜਿਨ੍ਹਾਂ ਦੇ ਅੱਛੇ ਬੰਦੇ ਨੇ, ਅੱਛਾ ਕਾਰੋਬਾਰ ਆ। ਮੈਂ ਇਨਸ਼ਾਅੱਲਾ, ਤੁਸੀਂ ਕਦੀ ਕੋਈ ਦੋਸਤ ਨਹੀਂ ਆਇਆ
ਨਿਆਜ਼ੀ ਅੱਡਾ ਲੰਘ ਦਿਓ, ਪੰਜ ਛੇ ਦੁਕਾਨਾਂ ਛੱਡ ਕੇ ਫਰੰਟੀਅਰ ਦੀ ਜੇ ਤੁਹਾਨੂੰ ਨੰਬਰ ਵੀ ਲਿਖਿਆ ਹੋਇਆ ਹਰ ਚੀਜ਼ ਦਾ ਇਹਨਾਂ ਦਾ ਨੰਬਰ ਦਿਆਂਗੇ, ਇੱਕ ਦਫ਼ਾ ਤੁਸੀਂ ਇਹਨਾਂ ਨੂੰ ਜ਼ਰੂਰ ਅਜ਼ਮਾਉਣਾ, ਸਾਨੂੰ ਦਿਓ ਇਜਾਜ਼ਤਾਂ, ਅੱਲਾਹ ਹਾਫਿਜ਼।